ਹੁਣ ਬਣੂਗੀ ਜੀ ਬੀਜੇਪੀ ਤੋਂ ਬਿਨਾ ਤੁਹਾਡਾ ਇਹ ਕੱਲਾ ਕਿਸਾਨ ਮਾਰੂ ਬਿੱਲ ਇਨਸਾਨ ਮਾਰੂ ਬਿੱਲ ਕਾਰਪੋਰੇਟ ਨੂੰ ਹੀ ਸਾਰਾ ਕੁਝ ਦਿੱਤਾ ਪਹਿਲੇ ਬਿੱਲ 'ਚ ਕੀ ਆ ਸਟੋਰੇਜ ਖਤਮ ਹੈ ਕਾਲਾ ਬਾਜ਼ਾਰੀ ਹੋ ਜੂਗੀ ਸੈਕਿੰਡ 'ਚ ਕੀ ਆ ਜੀ ਮੰਡੀਕਰਨ ਖਤਮ ਥਰਡ 'ਚ ਕਾਰਪੋਰੇਟ ਕੀ ਆ ਵੀਰ ਜੀ ਉਹਦੇ 'ਚ ਇਹ ਲਿਖਿਆ ਵੀ ਇਹੀ ਫੀਸ ਮਤਲਬ ਬੀਜ ਦੇਣਗੇ ਇਹੀ ਫਸਲ ਚੱਕਣਗੇ 7-7 ਹਜ਼ਾਰ ਕਿੱਲਾ ਕਾਰਪੋਰੇਟ ਕਰਨਗੇ ਕਲਸਟਰ ਬਣਾਉਣਗੇ ਉਹ ਸਿੱਧਾ ਸਿੱਧਾ ਕਿਸਾਨੀ ਨਾਲ ਧੱਕਾ ਜਦੋਂ ਸਾਡੇ ਸਿਰ ਨੂੰ ਸਾਡੀ ਪੱਗ ਨੂੰ ਹੱਥ ਪੈ ਗਿਆ ਸੀ ਕੀ ਕਰਦੇ ਛੱਡਣਾ ਹੀ ਸੀ ਬਿਲਕੁਲ ਖਿਲਾਫ ਆਵੇ ਜੀ 38 ਸੈਲੋ ਨਿਕਲਿਆ ਪੰਜਾਬ 'ਚ 38 ਦੇ 38 ਅਡਾਨੀਆਂ ਦੇ ਆ ਰਾਤ ਨੂੰ ਜੇ ਕਿਸਾਨ ਨੂੰ ਲੋੜ ਪੈਂਦੀ ਆ ਆੜਤੀ ਉਦੋਂ ਜਦੋਂ ਮਰਜ਼ੀ 5,000 10,000 20,000 2,00,000 ਦੇ ਆੜਤੀ ਆ ਦਿੰਦਾ ਸਾਨੂੰ ਕਿਹੜਾ ਕਾਰਪੋਰੇਟ ਦਾ ਬੰਦਾ ਪੈਸੇ ਦੇਊਗਾ ਜੀ ਪਰ ਆ ਜਿਹੜੇ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਨਾ ਇਹ ਦਿਲ 'ਚ ਵੱਜੇ ਆ ਕੇ ਸਾਡੇ ਇਹ ਸਾਡੇ ਦਿਲ 'ਚ ਵੱਜੇ ਆ ਪਰ ਅਸੀਂ ਅੱਜ ਅਸੀਂ ਮੋਦੀ ਨੂੰ ਕਹਿੰਦੇ ਮੋਦੀ ਨੇ ਮਾੜੇ ਕਰਮ ਕੀਤੇ ਆ ਅਕਾਲੀ ਭਾਜਪਾ ਦਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਗਠਜੋੜ ਟੁੱਟ ਗਿਆ ਟੁੱਟਣ ਤੋਂ ਬਾਅਦ ਕੀ ਸੋਚਦੇ ਨੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਬਣੂਗੀ ਜੀ ਬੀਜੇਪੀ ਤੋਂ ਬਿਨਾ ਤੁਹਾਡਾ ਮੱਕੜ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਿਆਂ ਵੀ 9 ਮਾਸ ਦਾ ਰਿਸ਼ਤਾ ਟੁੱਟਿਆ ਨਹੀਂ ਅਸੀਂ ਛੱਡਿਆ ਅਸੀਂ ਬੀਜੇਪੀ ਛੱਡੀ ਹੈ 9 ਮਾਸ ਦਾ ਰਿਸ਼ਤਾ ਨਹੀਂ ਟੁੱਟਿਆ ਤੁਹਾਡਾ ਬਣੂਗੀ ਹੁਣ ਬੀਜੇਪੀ ਤੋਂ ਬਣੂਗੀ ਚੜ੍ਹਦੀ ਕਲਾ ਅਕਾਲੀ ਦਲ ਹਮੇਸ਼ਾ ਹੀ ਚੜ੍ਹਦੀ ਕਲ ਰਿਹਾ ਜੀ ਹੁਣ ਵੀ ਚੜ੍ਹਦੀ ਕਲਾ 'ਚ ਇਹ ਤਾਂ ਸੰਘਰਸ਼ 'ਚੋਂ ਨਿਕਲੀ ਪਾਰਟੀ ਹੈ ਮੋਰਚੇ ਲਾਏ ਆ ਹੁਣ ਵੀ ਐਂ ਕਰਾਂਗੇ ਜੀ ਕਿਉਂ ਤੋੜਨਾ ਪਿਆ ਤੋੜਨਾ ਇਸ ਤਰ੍ਹਾਂ ਪਿਆ ਬਾਈ ਜੀ ਪਹਿਲਾਂ ਤਾਂ 2 ਮਹੀਨੇ ਬੀਬਾ ਜੀ ਨੇ ਇੱਕ ਸਾਧਨ ਦਾ ਕਿਸਾਨ ਅਤੇ ਮੰਤਰੀ ਜੋ ਪ੍ਰਧਾਨ ਮੰਤਰੀ ਜਾਂ ਕਹਿ ਲਓ ਸੈਂਟਰ ਦਾ ਇੱਕ ਸਾਧਨ ਸੀ ਜਦੋਂ ਸਾਨੂੰ ਲੱਗਿਆ ਜੋ ਅਸੀਂ 5-4 ਮੰਗਾਂ ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੇ ਜਾਂ 100 ਸਾਨੂੰ ਕਿਸਾਨਾਂ ਨੇ ਦੱਸੀਆਂ ਉਹ ਅਸੀਂ ਕਿਹਾ ਵੀ ਉਹ ਵਿੱਚ ਲਿਖੀਆਂ ਜਾਣ ਜਿਵੇਂ MSP ਮਤਲਬ ਪਰਮਾਨੈਂਟ ਲਿਖੀ ਜਾਵੇ ਉਹਦੀ ਗਰੰਟੀ ਲਈ ਜਾਵੇ ਉਹ ਜਦੋਂ ਸਾਨੂੰ ਲੱਗਿਆ ਵੀ ਸਾਡੇ ਸਿਰੋਂ ਪਾਣੀ ਟੱਪ ਗਿਆ ਹੁਣ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ 43 ਸਾਲ ਦਾ ਪੁਰਾਣਾ ਗਠਬੰਧਨ NDA 'ਚ ਉਹ ਜਦੋਂ ਸਾਨੂੰ ਲੱਗਿਆ ਵੀ ਹੁਣ ਨਹੀਂ ਫਿਰ ਸੁਣਵਾਈ ਨਹੀਂ ਸੀ ਤੁਹਾਡੀ ਨਹੀਂ ਸੁਣਵਾਈ ਸੀ ਆਹ 2 ਮਹੀਨੇ ਦੀ ਗੱਲ ਕਰ ਰਹੇ ਜੀ ਪਿਛਲੇ ਹੁਣ ਨਹੀਂ ਸੁਣਵਾਈ ਹੋਈ ਜੀ ਤਾਂ ਹੀ ਸਾਥ ਛੱਡਿਆ ਪਰ ਇੱਕ ਵੱਡਾ ਸਵਾਲ ਹੈ ਕਿ BJP ਕਹਿ ਰਹੀ ਹੈ ਅਕਾਲੀ ਦਲ ਗੁੰਮਰਾਹ ਕਰ ਰਿਹਾ ਹੁਣ ਲੀਡਰ ਕਹਿ ਰਿਹਾ ਕਿ ਇਹ ਸਮਝਾਉਣ 'ਚ ਕਾਮਯਾਬ ਨਹੀਂ ਹੋਏ ਬਿੱਲ ਬਹੁਤ ਵਧੀਆ ਨਹੀਂ ਉਹ ਕਹਿੰਦੇ ਬਾਈ ਜੀ ਮੈਂ ਆਪ ਬਿੱਲ ਪੜ੍ਹਿਆ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਵੀ ਇੱਕ ਆਮ ਦੁਕਾਨਦਾਰ ਇਹ ਇਕੱਲਾ ਕਿਸਾਨ ਮਾਰੂ ਬਿੱਲ ਇਨਸਾਨ ਮਾਰੂ ਬਿੱਲ ਹੈ ਛੋਟਾ ਦੁਕਾਨਦਾਰ ਖੇਤੀ ਮਜ਼ਦੂਰ ਸਪੇਅਰ ਪਾਰਟ ਵਾਲੇ ਮਤਲਬ ਇਵਨ ਸਾਰੀ ਇਕਨੋਮੀ ਤੁਹਾਨੂੰ ਪਤਾ ਅੱਜ GDP -23% ਹੈ ਠੀਕ ਆ ਜੀ ਇਕੱਲਾ ਇੱਕ ਕਿਸਾਨੀ ਖੇਤਾ ਜਿਹੜਾ GDP ਚੱਕ ਸਕਦਾ ਇਹਨਾਂ ਨੇ ਬਾਈ ਜੀ ਉਹ ਕਾਰਪੋਰੇਟ ਨੂੰ ਹੀ ਸਾਰਾ ਕੁਝ ਦਿੱਤਾ ਪਹਿਲੇ ਬਿੱਲ 'ਚ ਕੀ ਆ ਸਟੋਰੇਜ ਖਤਮ ਹੈ ਕਾਲਾ ਬਾਜ਼ਾਰੀ ਹੋ ਜੂਗੀ ਸੈਕਿੰਡ 'ਚ ਕੀ ਆ ਜੀ ਮੰਡੀਕਰਨ ਖਤਮ ਹੈ ਥਰਡ 'ਚ ਕਾਰਪੋਰੇਟ ਕੀ ਆ ਵੀਰ ਜੀ ਉਹਦੇ 'ਚ ਇਹ ਲਿਖਿਆ ਵੀ ਇਹੀ ਫੀਸ ਮਤਲਬ ਬੀਜ ਦੇਣਗੇ ਇਹੀ ਫਸਲ ਚੱਕਣਗੇ 7-7 ਹਜ਼ਾਰ ਕਿੱਲਾ ਕਾਰਪੋਰੇਟ ਕਰਨਗੇ ਕਲਸਟਰ ਬਣਾਉਣਗੇ ਉਹ ਸਿੱਧਾ ਸਿੱਧਾ ਕਿਸਾਨੀ ਨਾਲ ਧੱਕਾ ਇਹ ਨਰਿੰਦਰ ਮੋਦੀ ਕਿਸਾਨ ਵਿਰੋਧੀ ਨਿਕਲਿਆ ਬਾਈ ਇਹ ਹੁਣ ਪਤਾ ਲੱਗਿਆ ਤੁਹਾਨੂੰ ਬਾਈ ਜੀ ਲੱਗਿਆ ਤਾਂ ਛੱਡਤਾ ਪਹਿਲਾਂ ਨਹੀਂ ਪਤਾ ਸੀ ਇੰਨੇ ਸਾਲ ਮੰਤਰੀ ਰਹੇ ਹਰਸਿਮਰਤ ਬਾਦਲ ਉਦੋਂ ਪਤਾ ਨਹੀਂ ਲੱਗਿਆ ਕਿ ਨਰਿੰਦਰ ਮੋਦੀ ਪੰਜਾਬ ਵਾਸਤੇ ਬਾਈ ਜੀ ਉਦੋਂ ਨਹੀਂ ਪਤਾ ਸੀਗਾ ਨਾ ਹੀ ਉਦੋਂ ਕਿਸਾਨ ਵਿਰੋਧੀ ਕੋਈ ਗੱਲ ਹੋਈ ਸੀ ਜਦੋਂ ਸਾਡੇ ਸਿਰ ਨੂੰ ਸਾਡੀ ਪੱਗ ਨੂੰ ਹੱਥ ਪੈ ਗਿਆ ਸੀ ਕੀ ਕਰਦੇ ਛੱਡਣਾ ਹੀ ਸੀ ਛੱਡਦਾ ਇਹ ਲੜਾਈ ਕਿਵੇਂ ਲੜੋਗੇ ਹੁਣ ਗਾਂ ਕਾਨੂੰਨ ਤਾਂ ਬਣ ਗਿਆ ਬਾਈ ਜੀ ਮੈਂ ਤਾਂ ਛੋਟੀ ਜੀ ਗੱਲ ਕਰਦਾ ਇਹ ਲੜਾਈ ਅਸੀਂ ਹੁਣ ਇਦਾਂ ਲੜਾਂਗੇ ਜੀ ਕਾਨੂੰਨ ਬਣ ਗਿਆ ਸਾਨੂੰ ਪਤਾ ਕਰਾਤ ਕੱਲ ਰਾਸ਼ਟਰਪਤੀ ਦੇ ਸਾਈਨ ਹੋ ਗਏ ਅੱਗੇ ਸਾਲ ਰਹਿ ਗਿਆ ਸਵਾ ਸਟੇਟ ਤਾਂ ਸਾਡੀ ਆ ਜੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਗਏ ਸਾਡੇ ਥਾਂ ਆ ਕੇ ਤਾਂ ਵੇਖਣ ਸਵਾ ਸਾਲ ਬਾਅਦ ਇਹਨਾਂ ਕੋਲ ਤਾਂ 17 MSE ਹੈ ਨਹੀਂ ਸਾਡੇ ਮੁਕਤਸਰ 'ਚ ਲੜਨ ਨੂੰ ਗੱਲਾਂ ਕਰਦੇ 117 BJP ਤਾਂ ਕਹਿੰਦੀ 117 ਦੀਆਂ ਸੀਟਾਂ ਤੇ 117 ਅਸੀਂ ਲੜਾਂਗੇ ਕਾਡਰ ਸਟਰੋਂਗ ਹੈ ਬਾਈ ਜੀ ਮੈਂ ਦੱਸਦਾ ਉਹਨਾਂ ਨੂੰ ਕਹਾਂ ਦੇਸ਼ ਤਾਂ ਬਹੁਤ ਪੰਜਾਬ ਤਾਂ ਬਹੁਤ ਵੱਡੀ ਗੱਲ ਆ ਮੁਕਤਸਰ 'ਚ 31 ਵਾਰਡ ਆ ਵੀਰ ਜੀ ਤੇ 17 ਸੀਟਾਂ ਇਹਨਾਂ ਨੂੰ ਦਿੱਤੀਆਂ ਤੇ 4 ਤੇ ਚਿਹਰਾ ਅਕਾਲੀ ਦਲ ਦਾ ਲੜਦਾ 17 ਸੀਟਾਂ ਲੜਨ ਨੂੰ MSE ਦਾ ਹੈ ਨਹੀਂ ਬਾਈ ਯਾਰ 117 ਦੇ MLA ਲੜਨਗੇ ਆ 3 ਹੁਣੇ ਇੱਥੇ ਅਸਤੀਫਾ ਦੇਣਗੇ ਵੀ ਬਾਈ ਕੋਲੇ ਵੇਖੋ ਤੁਸੀਂ ਮਾਸਟਰ ਮੋਹਨ ਲਾਲ ਕਰ ਕਹਿ ਰਹੇ ਸੀਗੇ ਕਿ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਰਹੇ ਸਾਡੇ ਪਿਤਾ ਸਮਾਨ ਉਦੋਂ ਤੱਕ ਕੋਈ ਗੜਬੜ ਨਹੀਂ ਹੁਣ ਵਾਲੀ ਲੀਡਰਸ਼ਿਪ 'ਚ ਕੋਈ ਦਿੱਕਤ ਲੱਗਦੀ ਹੈ ਇਹਨਾਂ ਨੇ ਤੋੜਤਾ ਰਿਸ਼ਤਾ ਨਹੀਂ ਜੀ ਨਹੀਂ ਬਾਈ ਜੀ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਵੀ ਬਹੁਤ ਵਧੀਆ ਸਾਰੀ ਉਮਰ ਮਤਲਬ ਹਿੰਦੂ ਸਿੱਖ ਏਕਤਾ ਨੂੰ ਰੱਖਿਆ ਅਸੀਂ ਅੱਜ ਇਹ ਇਕੱਲਾ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਇਕੱਲਾ ਕਿਸਾਨ ਮਾਰੂ ਬਿੱਲ ਨਹੀਂ ਇਹ ਨਾਲ ਛੋਟਾ ਵਪਾਰੀ ਛੋਟਾ ਦੁਕਾਨਦਾਰ ਤੁਸੀਂ ਐਂ ਲਾ ਲਓ ਸਾਡੇ ਮੁਕਤਸਰ ਦੀ ਗੱਲ ਕਰਦਾ ਆ EasyTech ਸਾਰੇ ਪੰਜਾਬ ਦੇ ਰਿਲਾਇੰਸ ਨੇ ਖਰੀਦ ਲਏ ਉਹ ਵੀ ਖਰੀਦ ਲਏ ਜੀ ਤੁਸੀਂ ਲਾ ਲਓ ਵੀ ਮੈਂ ਜਿੰਨੇ ਵੀ ਕਾਰਪੋਰੇਟ ਦੇ ਖਿਲਾਫ ਹੋ ਤੁਸੀਂ ਬਿਲਕੁਲ ਖਿਲਾਫ ਹਾਂ ਬਈ ਜੀ 38 ਸੈਲੋ ਨਿਕਲੇ ਆ ਪੰਜਾਬ 'ਚ 38 ਦੇ 38 ਅਡਾਨੀਆਂ ਦੇ ਦੱਸੋ ਕਿੱਥੇ
मेरे ना खुद ना साडे ना वापरी आ साडे कोल शक्ति भोग की खरीद सी एक छोटा जा व्यापारी हाँ असी मंडी च 2.5 करोड़ रुपया साडा भाई जी अज तक नहीं मिलया शक्ति भोग तो रिलायंस के सीईओ जाके दिल्ली केड़ा किसान जाऊगा जी उत्थे ये फिर बिल च कही जांदे जी SDM कोले पावर है सैकंड गल भी लिखी SDM कोले पावर आप कोर्ट कोले नहीं जा सकते भाई जी कित्थे कित्थे जिहड़ा 86% देश का किसान 5 तो 7 एकड़ वाला 2 तो लैके 10 एकड़ के थले थले वाला उहदे कोल तां दिल्ली जाण नूं भाई जी पैसे नहीं हुंदे आढ़तियां तो आढ़तियां ते किसान दा इक रिश्ता प्यो पुत वाला हुंदा रात नूं जे किसान नूं लोड़ पैंदी आ आढ़ती उदों जदों मर्जी 5000 10000 20000 2 लख ते आढ़तियां दिंदा सानू केड़ा कारपोरेट का बंदा पैसे दूगा जी की तुसीं मैं थोड़े तो जानना चाहुंदा BJP की ग्राउंड पोजिशन पंजाब च थोनू की लगती है बहुत बुरी हालत ने BJP की जी हुण नगर कौंसल दे इलैक्शन आने वाले है इन्हां कोले कैंडीडेट नहीं थोड़े वार्डां दे विच इलैक्शन लड़ाना तो यह हालात हो जाए 117 MLA लड़ावांगे कहण ते करन दा बहुत फर्क है भाई जी नहीं वण देना जी हां जी पिंडा जी नहीं वण देना जी किने नहीं वण देना BJP नु जी BJP नु किसानां ने पिंडा जी नहीं वण देना जी अच्छा जिन्ना नरेंद्र मोदी ने इत्थे किसानां दे वरखलाफ आर्डिनेंस बिल पास करे है ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜੀ ਇਲੈਕਸ਼ਨ ਦੇ ਜਿੱਤਣ ਦੀ ਵੱਡੀ ਗੱਲ ਹੈ ਜੀ ਭਾਈ ਜੀ ਕਹ ਰਹੇ ਆ ਪਿੰਡਾਂ ਹੀ ਨਹੀਂ ਵੜਨ ਦੇਣੀ BJP ਕਿ ਜੀ ਹਾਲਾਤ ਉਹ ਜੇ ਬਣ ਗਏ ਨਾ ਵੀਰ ਜੀ ਹਾਲਾਤ ਇਹ ਜੇ ਬਣ ਗਏ ਕੋਈ ਕਿਸੇ ਨੇ ਦੁਸ਼ਮਣੀ ਥੋੜੋ ਵੀ ਕਿਸੇ ਨੂੰ ਕੋਈ ਵੜਨ ਨਹੀਂ ਦੇਣਾ ਹਾਲਾਤ ਇਹ ਜੇ ਬਣ ਗਏ ਕਿਸਾਨ ਦੁਖੀ ਇੰਨਾ ਹੋ ਕੋਈ ਐ ਨਹੀਂ ਹੁੰਦਾ ਵੀ ਕੋਈ ਕਿਸੇ ਪਾਰਟੀ ਨਾਲ ਪੱਕਾ ਰਿਲੇਟਡ ਆ ਤੇ ਤਾਂ ਕਰਕੇ ਕੋਈ ਕਿਸੇ ਦੀ ਕੋਈ ਦੁਸ਼ਮਣੀ ਆ ਜਾਂ ਕਿਸੇ ਦਾ ਵੱਟ ਦਾ ਰੌਲਾ ਹੈ ਵੀ ਗੱਲ ਵੀ ਜਦੋਂ ਖਰਾਬ ਖਤਮ ਹੀ ਹੋ ਗਿਆ ਡਿਸਟਰੋਏ ਹੋ ਗਿਆ ਜੀ ਅਗਲਾ ਫਿਰ ਉਹ ਪਰ ਦੁਖੀ ਹੋ ਜਾਂਦਾ ਕਿਸਾਨ ਤਾਂ ਪਹਿਲੇ ਦੁਰਬਾ ਦੁਖੀ ਆ ਪਾਰਟੀ ਤੇ ਭਰੋਸਾ ਕਿਵੇਂ ਕਰੇ ਕਿਸਾਨ ਪਾਰਟੀ ਦੇ ਕਿਵੇਂ ਅਕਾਲੀ ਦਲ ਤੇ ਕਿਸਾਨ ਕਿਵੇਂ ਭਰੋਸਾ ਕਰੇ ਬਾਈ ਜੀ ਅਕਾਲੀ ਦਲ ਤਾਂ ਹੈ ਹੀ ਕਿਸਾਨਾਂ ਦੀ ਪਾਰਟੀ ਮੁੱਢ ਕਦੀਮ ਤੋਂ ਪੰਥਕ ਤੇ ਕਿਸਾਨੀ ਨਾਲ ਜੁੜੀ ਵੀ ਪਾਰਟੀ ਹੈ ਜੀ ਉਹ ਤਾਂ ਜਿਵੇਂ ਸਮਾਂ ਬੀਤਦਾ ਗਿਆ ਪ੍ਰਕਾਸ਼ ਸਿੰਘ ਜੀ ਬਾਦਲ ਸਤਿਕਾਰਯੋਗ ਇਹ ਹਿੰਦੂ ਸਿੱਖ ਏਕਤਾ ਨੂੰ ਲੈ ਕੇ ਇੱਕ BJP ਨਾਲ ਗਠਬੰਧਨ ਬਣਿਆ ਸੀ ਜਿਹੜਾ ਕਿ ਕਾਫੀ ਟਾਈਮ ਤੋਂ 1996-97 ਤੋਂ ਉਹ ਚੱਲਿਆ ਆ ਰਿਹਾ ਜਿਹੜੇ ਕੰਟੀਨਿਊਸ ਚੱਲਿਆ ਆ ਰਿਹਾ ਉਹ ਵਧੀਆ ਚੱਲਿਆ ਆ ਰਿਹਾ ਅਤੇ ਉਹਦੇ ਨਾਲ ਮੈਸੇਜ ਵੀ ਚੰਗਾ ਗਿਆ ਅਤੇ ਗਾਂਹ ਜਾਣਾ ਵੀ ਸੀਗਾ ਬਟ ਜੇ ਆਹ ਆਰਡੀਨੈਂਸ ਜਿਹੜੇ ਤਿੰਨ ਇਹ ਨਾ ਆਉਂਦੇ ਤਾਂ ਇਹ ਕੰਟੀਨਿਊਸ ਚੱਲੇ ਹੀ ਜਾਣਾ ਸੀਗਾ ਹੁਣ ਕਿਸਾਨਾਂ ਦੀ ਪਾਰਟੀ ਹੈ ਅਤੇ ਪਾਰਟੀ ਪ੍ਰਧਾਨ ਨੂੰ ਆਫਟਰ ਆਲ ਜਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਕਦੇ ਨਾ ਕਦੇ ਤਾਂ ਇਹਦਾ ਫੈਸਲਾ ਲੈਣਾ ਹੀ ਪੈਣਾ ਨਾ ਸੀ ਹੁਣ ਪਾਰਟੀ ਕੇਡਰ ਅਸੀਂ ਪਾਰਟੀ ਦੇ ਵਰਕਰ ਕੀ ਚਾਹੁੰਦਾ ਸੀ ਤੁਹਾਡਾ ਕੀ ਵਰਕਰ ਵਰਕਰ ਦਿਲੋਂ ਚਾਹੁੰਦਾ ਸੀਗਾ ਵੀ ਇਹਦੇ ਨਾਲ ਤੋੜ ਵਿਛੋੜਾ ਹੋਵੇ ਇਸ ਮੁੱਦੇ ਤੇ ਹੋਰ ਕਿਸੇ ਮੁੱਦੇ ਤੇ ਨਹੀਂ ਤੁਸੀਂ ਲੋਕਾਂ 'ਚ ਖੜਨ ਜੋਗੇ ਹੋਗੇ ਬਿਲਕੁਲ ਬਾਈ ਜੀ ਠੋਕ ਕੇ ਲੜਾਈ ਲੜਾਂਗੇ ਮੇਰੇ ਵਾਈਫ ਕਾਉਂਸਲਰ ਇੱਥੋਂ ਸੀਗੇ ਠੀਕ ਹੈ ਜੀ ਇਹ ਵੀ ਕਾਉਂਸਲਰ ਆ ਇਹ ਵੀ ਕਾਉਂਸਲਰ ਆ ਇਹ BJP ਤੋਂ ਸੀਗੇ ਇਹਨਾਂ ਨੂੰ BJP ਟਿਕਟ ਦਿੱਤੀ ਆ ਯਾਦ ਲੜੇ ਆ BJP ਨਾਲ ਬੀਜੇਪੀ ਤੋਂ ਲੜੇ ਹੋ ਜੀ ਸਰ ਸਾਨੂੰ ਸਾਰੀ ਉਮਰ ਹੀ BJP 'ਚ ਰਹੇ ਹਾਂ ਸਾਰੀ ਉਮਰ ਅੱਜ ਤੋਂ 5 ਸਾਲ ਪਹਿਲਾਂ ਇਲੈਕਸ਼ਨ ਵਾਸਤੇ ਫਾਦਰ ਸਾਹਿਬ ਨੂੰ BJP ਦੀ ਟਿਕਟ ਦੇਣੀ ਸੀਗੀ ਕਿਉਂਕਿ ਚੇਅਰਮੈਨ ਵਾਈਸ ਚੇਅਰਮੈਨ ਰਹੇ ਆ ਮਾਰਕੀਟ ਕਮੇਟੀ 'ਚ ਉਹਨਾਂ ਨੂੰ ਟਿਕਟ ਕੱਟ ਕੇ ਮੇਰੇ ਨਾਲ ਟਾਈ ਅਪ ਕਰ ਲਿਆ ਵੀ ਬੇਟੇ ਨੂੰ ਦੇ ਦਿੰਦੇ ਫਾਦਰ ਸਾਹਿਬ ਨੂੰ ਨਹੀਂ ਦੇਣੀ ਅਸੀਂ ਕਿਹਾ ਡਨ ਜੀ ਸਾਨੂੰ ਮਨਜ਼ੂਰ ਹੈ ਇਹਨਾਂ ਨੇ ਸਾਨੂੰ ਫਿਰ ਨੇ BJP ਦੀ ਟਿਕਟ ਦਿੱਤੀ ਫਿਰ ਅਸੀਂ ਤਾਂ ਡੰਡਾ ਚੱਕਿਆ ਹੋਇਆ ਸੀਗਾ ਅਸੀਂ ਤਾਂ ਇੰਡੀਪੈਂਡੈਂਟ ਲੜੇ ਹਾਂ ਅਤੇ ਜਿੱਤੇ ਹਾਂ ਜੀ BJP ਨੂੰ ਉਹਦੀ ਉਹਦੀ ਧੌਂਸ ਦਮਾਤੀ ਜੀ ਕਿਹੜੀ ਧੌਂਸ ਜਮਾਉਂਦੇ ਜੀ ਸਾਡੇ ਤੇ ਅਸੀਂ ਆਜ਼ਾਦ ਜਿੱਤੇ ਤੁਸੀਂ ਆਜ਼ਾਦ ਜਿੱਤੇ ਹਾਂ ਜੀ ਫਿਰ ਅਕਾਲੀ ਦਲ ਨੂੰ ਸਮਰਥਨ ਦੇ ਤੋ ਸਰ 101% ਮੇਰਾ ਉਦੋਂ ਤੋਂ ਹੀ ਸਮਰਥਨ ਹੈ ਸ਼ਾਇਦ ਅੱਜ ਜਿਵੇਂ ਰੋਜ਼ੀ ਬਾਈ ਆ ਸਾਨੂੰ ਆਰਡਰ ਕਰਨਗੇ ਵੀ ਅੱਜ ਹੀ ਸਰੋਪਾ ਪਵਾ ਲਾਂਗੇ ਅਸੀਂ ਤਿਆਰ ਹਾਂ ਜੀ ਅੱਛਾ ਅਕਾਲੀ ਦਲ ਸ਼ਾਮਲ 101% ਤਿਆਰ ਹਾਂ ਜੀ ਪਰ ਜਿਹੜਾ ਕੰਮ ਮੋਦੀ ਸਾਹਿਬ ਨੇ 3 ਆਰਡੀਨੈਂਸ ਪਾਸ ਕੀਤੇ ਆ ਇੰਨੇ ਮਾੜੇ ਕੀਤੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਪਹਿਲਾਂ ਮੈਂ ਮੋਦੀ ਦਾ ਫੈਨ ਸੀਗਾ ਮੈਂ ਖੁਦ ਮੋਦੀ ਦਾ ਫੈਨ ਸੀਗਾ ਜਦੋਂ ਕੰਮ 370 ਵਾਲਾ ਤਲਾਕ ਵਾਲਾ ਸਾਰਾ ਨਵੇੜੇ ਆ ਪਰ ਆ ਜਿਹੜੇ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਨਾ ਇਹ ਦਿਲ 'ਚ ਵੱਜਿਆ ਆ ਕੇ ਸਾਡੇ ਇਹ ਸਾਡੇ ਦਿਲ 'ਚ ਵੱਜੇ ਆ ਪਰ ਅਸੀਂ ਅੱਜ ਅਸੀਂ ਮੋਦੀ ਨੂੰ ਕਹਿੰਦੇ ਮੋਦੀ ਨੇ ਮਾੜੇ ਕਰਮ ਕੀਤੇ ਆ ਕਿਉਂਕਿ ਪੰਜਾਬ ਹਰਿਆਣਾ ਰਾਜਸਥਾਨ ਸਾਰਾ ਕਿਸਾਨੀ ਨਾਲ ਮੈਂ ਬਿਜ਼ਨਸਮੈਨ ਆ ਦੁਕਾਨਦਾਰ ਬੰਦਾ ਮੇਰੀ ਦੁਕਾਨਦਾਰੀ ਚੱਲੂਗੀ ਕਿਸਾਨਾਂ ਦੇ ਕਿਸਾਨ ਪੈਸੇ ਵੱਟਣਗੇ ਤਾਂ ਸ਼ਹਿਰ 'ਚ ਲਿਆਉਣਗੇ ਸ਼ਹਿਰ 'ਚ ਲਿਆਉਣਗੇ ਤਾਂ ਅਸੀਂ ਵੱਟਾਂਗੇ ਤਾਂ ਹੀ ਆਪਦੇ ਬੱਚਿਆਂ ਨੂੰ ਪੜ੍ਹਾਵਾਂਗੇ ਅੱਜ ਨੂੰ ਉਸ ਚੀਜ਼ ਨੂੰ ਵੇਖ ਕੇ ਸਾਨੂੰ ਇਹ ਲੱਗਦਾ ਪਿਆ ਜਿਵੇਂ ਕਹਿੰਦੇ ਪਏ ਆ ਵੀ ਅਡਾਨੀ ਨੇ 1800 ਕਿੱਲਾ ਜ਼ਮੀਨ ਮੋਗੇ 'ਚੋਂ ਪਰਚੇਜ਼ ਕਰ ਲਈ ਹੈ ਉਹ ਕਾਹਦੇ ਵਾਸਤੇ ਕੀਤੀ ਹੈ ਇਸ ਵਾਸਤੇ ਜਿਵੇਂ ਸੋਮਾ ਨੇ ਬਣਾਏ ਹੋਏ ਆਦੇ ਡੰਪ ਉਵੇਂ ਡੰਪ ਨੇ ਮੋਗੇ ਬਣਾਉਣੇ ਆ ਸਾਰਾ ਆਦਾ ਜੀਨਸ ਜਿਹੜਾ ਹੋਊਗਾ ਉੱਥੋਂ ਪਰਚੇਜ਼ ਕਰਨਗੇ ਆਦੀ ਮਰਜ਼ੀ ਨਾਲ ਉਹ ਮੋਨੋਪਲੀ ਉਹਨਾਂ ਦੀ ਹੋਗੀ 600 ਤੋਂ ਲੈ ਕੇ 1800 ਵੇਚਣ 1200 ਵੇਚਣੇ ਉਹਨਾਂ ਦੀ ਵਪਾਰੀ ਨੂੰ ਫਰਕ ਪਊਗਾ ਇਹਦੇ ਨਾਲ ਸਾਰਿਆਂ ਨੂੰ ਵਰਕ ਹੈ ਜੀ ਹਿਸਾਬ ਲਾ ਲਓ ਤੁਸੀਂ ਕਿਸਾਨਾਂ ਤੋਂ ਆੜਤੀ ਗਏ ਆੜਤੀ ਮਜ਼ਦੂਰ ਗਏ ਲੇਬਰ ਗਈ ਦੁਕਾਨਦਾਰ ਗਿਆ ਕਿਹੜਾ ਬੰਦਾ ਬਚ ਗਿਆ ਮੈਨੂੰ ਦੱਸ ਤਾ ਦਿਓ ਵੀ ਆਹ ਬੰਦਾ ਬਚਦਾ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਅਸੀਂ ਇਸ ਦੇ ਬਿਲਕੁਲ ਅਗੇਂਸਟ ਆ ਅਸੀਂ ਤਨ ਮਨ ਧਨ ਨਾਲ ਅਕਾਲੀ ਦਲ ਨਾਲ ਸੁਰ ਤੋਂ ਖੜੇ ਸੀਗੇ ਹੁਣ ਵੀ ਖੜੇ ਆ ਤੇ ਡਟ ਕੇ ਖੜਾਂਗੇ
तो डट के मुकाबला करा बीजेपी डट के। भाई साहब कहते हैं कि मैं प्रधानमंत्री तो खुश नहीं है, पहला नरेंद्र मोदी तो कहते मैं बीजेपी च होके हूँ अकाली दल च आ रहा। हाँ जी सही है, तो फैसला जो किया ने सही, बिल्कुल सही किया। मैं मेरी वाइफ भी बीजेपी तो कौंसलर सी जसविंदर कौर वार्ड नंबर 13 चो। फिर तुम बीजेपी छड़ती हूँ? हाँ असी जो भाजपा के जो किसान विरोधी नीतियाँ करके असी जी इन छड़ दिता है तो अकाली दल ज्वाइन कर लिया। थोनू की लगता कि जो फैसला होया जा प्रधानमंत्री वाकई थोड़ा लगता भी वो किसान विरोधी तो पंजाब विरोधी? हाँ ये 100% किसान विरोधी है, आढ़तियों के विरोधी है, मजदूर का विरोध है और शहर के सारे दुकानदारों के विरुद्ध है। ये हर एक बंदे का लॉस होएगा, सिर्फ कुछ घराणियों यदा फायदा होएगा, लोगों नहीं होएगा। बहुत धन्यवाद गलबात करने वास्ते। सो ये जिहड़ा अकाली दल दे वर्कर दा और लीडरस दा एक कंसेंसस है कि ये छड्ड देना चाहिए सी बहुत पहला और हुण छड्डिया, तो ये कह रहे ने असी खुश हाँ, असी लोगों च जाण जोगे हो गए हुण। कैमरा पर्सन राजविंदर टोनी दे नाल सिमरनजोत सिंह, डेली पोस्ट, श्री मुक्तसर साहिब।